जी मेरा नाम खुविंदर कौर आ, मेरे हसबैंड का नाम दविंदर कुमार आ। मेरे जेठ नाल मेरा मसला है, लड़ाई झगड़ा मेरे जेठ नाल है। मेरा एड्स का मरीज़ आ ये, ठीक है जी। ये मैनू कहिंदा मेरे नाल गलत संबंध बना, पर आपां तां बीमारी तो बचना चाहते हैं, ठीक है जी। मैनू ये काम चंगे नहीं लगते, सानू इज्जत ही चंगी लगती है, ठीक है जी। हर वेले कोशिश करता मेरी इज्जत नूं हत्थ पाँदा है, जदों मैनू देखदा है कल्ली नूं उस वेले मेरे घर आने की कोशिश करता है। अंदर आया दो तीन बार मैंने इन्हें जबरदस्ती की है, ठीक है जी। इस करके मैं नठ के अपना बचाव किया है। मेरा बच्चा सवेर तो शाम तक काम पर रहिंदा है, ठीक है। मेरा काम तो जद देखदा मैनू कल्ली नूं ये उस वेले मेरे नाल ये नजायज़ संबंध बनाने चाहता है, पर मैनू ये काम चंगा नहीं लगता। यह सियाणा बयाणा हैगा, सियाणे बयाणे दीआं गल्लां करे, इहदे कोल बिल्कुल भी इदां दे काम इहनूं चंगे नहीं लगदे जो ये करदा फिरदा है। एड्स का मरीज़ आ जी ये, गलत जनानियां लै के आंदा है, झाड़ू पोचे नूं लै के आंदा, कहिंदा जी मैं उदां लै के नहीं कुछ भी आंदा। ये गलत संबंध बणांदा आ, ये बीमारी फैलांदा आ, जदों भी छुट्टी आंदा ये बीमारी फैला के पिंड 'च जांदा है, गलत जनानियां लिआंदा ये घर 'च। ਤੁਹਾਨੂੰ ਵੀ ਸਿਆਣਿਆਂ ਨੂੰ ਗਾਲਾਂ ਕੱਢਦਾ, ਮਰੇ ਹੋਇਆਂ ਦੀ ਮਿੱਟੀ ਪਨੀਤ ਕਰਦਾ ਪਿਆ ਇਹ, ਠੀਕ ਹੈ ਜੀ। ਮੇਰੇ ਕੱਪੜਿਆਂ ਨੂੰ ਮੇਰਾ ਸ਼ਾਲ ਲਾ ਕੇ ਸਿੱਟ ਦਿੱਤਾ, ਸਵੇਰੇ ਮੈਨੂੰ ਕਹਿੰਦਾ ਜੋ ਮਰਜ਼ੀ ਕਰ ਲਾ, ਤੇਰੀ ਕਿਤੇ ਸੁਣਵਾਈ ਨਹੀਂ ਹੋਣ ਦੇਣੀ ਹੈਗੀ ਅਸੀਂ, ਠੀਕ ਆ। ਮੈਂ ਤਾਂ ਅਮਰੀਕਾ ਵਾਲਾ ਆ, ਤੇਰਾ ਫਲਾਨਾ ਆਇਆ ਕਰ ਦੂੰਗਾ ਤੇ ਉਕੜਾਇਆ ਕਰ ਦੂੰ, ਠੀਕ ਆ। ਪਾਣੀ ਸੁੱਟਣ ਤੋਂ ਰੋਕਦਾ ਸਾਨੂੰ ਗਲੀ ਦੇ ਵਿੱਚ, ਸਾਨੂੰ ਕੱਪੜੇ ਧੋਣ ਤੋਂ ਰੋਕਦਾ ਆ, ਘਰ 'ਚ ਅਸੀਂ ਕੱਪੜੇ ਨਹੀਂ ਧੋ ਸਕਦੇ, ਗਲਤ ਗੱਲਾਂ ਸਾਡੇ ਨਾਲ ਕਰਦਾ ਆ, ਫਿਰ ਸਾਡੇ ਥਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਆ, ਠੀਕ ਆ ਜੀ। ਚਾਹੁੰਦਾ ਮੈਨੂੰ ਵੀ ਖੁਦ ਨਹੀਂ ਪਤਾ, ਇਹ ਪੁੱਛਿਆ ਜਾਵੇ ਮੈਨੂੰ, ਬਸ ਇਹੀ ਆ ਮੇਰੇ ਨਾਲ ਕਹਿੰਦਾ ਨਜਾਇਜ਼ ਸੰਬੰਧ ਬਣਾ, ਠੀਕ ਆ ਜੀ। ਨਜਾਇਜ਼ ਸੰਬੰਧ ਬਣਾ, ਜੇ ਨਹੀਂ ਤੂੰ ਬਣਾਉਣਾ ਤਾਂ ਇੱਥੋਂ ਨਿਕਲ ਜਾ, ਮੈਂ ਤੈਨੂੰ ਕੱਢ ਕੇ ਹੀ ਸਾਹ ਲੈਣਾ ਹੈ। ਕੰਪਲੀਟ ਕੀਤੀ ਆ ਅਸੀਂ, ਮੈਂ ਥਾਣੇ ਗੜਸ਼ੰਕਰ 'ਚ ਕੰਪਲੀਟ ਕੀਤੀ, ਮੇਰੀ ਕੋਈ ਸੁਣਵਾਈ ਨਹੀਂ ਹੋਈ, ਠੀਕ ਆ ਜੀ। ਮੈਂ ਬਹੁਤ ਤੰਗ ਪਰੇਸ਼ਾਨ ਹਾਂ। ਡੇਢ ਦੋ ਸਾਲ ਤੋਂ ਕਦੀ ਬੁਲਾਇਆ? ਦਾਰੂ ਪੀ ਕੇ ਗਾਲਾਂ ਕੱਢਦੇ? ਨਾ ਨਾ, ਦਾਰੂ ਪੀ ਕੇ ਮੈਂ ਕਦੀ ਗਾਲਾਂ ਨਹੀਂ ਕੱਢਦਾ। ਕੱਲ ਲੋਹੜੀ ਸੀ, ਤੁਹਾਡੀ ਰਿਕਾਰਡਿੰਗ, ਮੇਰੇ ਪਹਿਲਾਂ ਰਿਕਾਰਡਿੰਗ ਵੀ ਆ ਜਿਹੜੀ ਕਿ ਗੰਦੀਆਂ ਤੁਸੀਂ ਬੋਲਦੇ ਹੋ। ਕੁੜੀਆਂ ਇੱਧਰ ਆਈਆਂ, ਲੋਹੜੀ ਮੰਗਦੇ ਸੀਆਂ, ਤਾਂ ਡਰੂ ਸਾਡੇ ਟੀਵੀ ਚੱਲਦਾ ਸੀਗਾ, ਉਹ ਚ ਮੱਗਾ ਇੱਕ ਮਾਰਿਆ ਰਾਈ ਲੋਹੜੀ ਕਰਕੇ। ਕਿੱਦਾਂ ਮਾਰਿਆ ਜੀ ਮੱਗਾ? ਡਰੂ ਆ ਬਸ ਇੱਕ ਮਾਰਿਆ ਸੀ, ਉਹ ਵੀ ਜਿਹੜਾ ਚੱਲਦਾ ਹੀ ਆ। 70 ਸਾਲ ਦੇ ਤੁਸੀਂ ਬਜ਼ੁਰਗ ਹੋ, ਤੁਸੀਂ ਆ ਕੇ ਇਹ ਚੰਗੀ ਗੱਲ ਹੋਈ? ਤੁਸੀਂ ਚੰਗੀ ਗੱਲ ਤਾਂ ਨਹੀਂ ਹੈਗੀ, ਲੋਹੜੀ ਕਰਕੇ ਤਾਂ ਬੰਦਾ ਚਲੋ ਖੁਸ਼ੀ ਤਾਂ ਮਨਾਉਂਦਾ ਹੀ ਆ। ਕੈਮਰੇ ਮੂਹਰੇ ਸਾਰੇ ਮੱਗੇ ਮਾਰਨ ਲੱਗੇ ਹੋਏ, ਬਾਅਦ ਦੇ ਵਿੱਚ ਵੀ ਮਾਰਦੇ ਨੇ ਸਾਰੇ ਸਾਰੇ ਉਹ ਬੁੜੇ, ਉਹ ਵੀ ਮੱਗਾ ਮਾਰੇ ਦਿੰਦੇ ਆ ਖੁਸ਼ੀ ਦੇ ਵਿੱਚ। ਲੋਹੜੀ ਆ ਤਾਂ ਕੁੜੀਆਂ ਦੇ ਮੁੰਡੇ ਦੀ ਲੋਹੜੀ ਪਾਉਂਦੇ ਆ, ਬਾਕੀ ਬਜ਼ੁਰਗ ਬਾਕੀ ਕੋਈ ਗੱਲਾਂ ਨਹੀਂ, ਸਾਰੇ ਬਜ਼ੁਰਗ ਮਾਰਦੇ ਆ। ਤੂੰ ਦੇਖਿਆ ਹੁਣ, ਬਸ ਹੋਰ ਕੋਈ ਗੱਲ ਨਹੀਂ। ਮੈਂ ਕਦੀ ਇਸ ਜਨਾਨੀ ਨੂੰ ਟੱਚ ਦਾ ਕਿਹਾ, ਇਹਨੂੰ ਦੇਖਿਆ ਨੀ, ਮੂੰਹ ਨੀ ਲੱਗ ਦੇਖਿਆ ਵੀ ਕਿਹੋ ਜਿਹਾ, ਕਿੱਥੋਂ ਆਈ ਹੈ, ਮੈਨੂੰ ਇਹ ਨੀ ਪਤਾ ਕਿੱਥੋਂ ਆਈ ਆ, ਕਿੱਥੋਂ ਇਹ ਕਿ ਤਲਾਕ ਹੋਇਆ ਕਿ ਨਹੀਂ ਤਲਾਕ ਹੋਇਆ। ਤੁਸੀਂ ਹੁਣ ਵੀ ਕੀਤੀ ਹੋਏ ਹੈ? ਨਹੀਂ ਨਾ, ਮੈਂ ਦਾਰੂ ਨੀ, ਹੁਣ ਵੀ ਕਿੱਥੇ ਦਾਰੂ ਤਾਂ ਮੈਂ ਪੀਂਦਾ ਹੀ ਨੀ, ਮੈਨੂੰ ਹਾਰਟ ਦੀ ਪ੍ਰੋਬਲਮ ਆ। ਤਾਂ ਪੀਤੀ ਹੈ? ਹੈਂ, ਚਾਹ ਵੀ ਨਹੀਂ ਮੈਂ ਹਜੇ ਪੀਤੀ। ਨਹੀਂ ਥੋੜੀ ਜਿਹੀ ਪੀਤੀ ਹੋ ਫਿਰ? ਨਾ ਨਾ, ਮੈਂ ਪੀਤੀ ਰਿਹਾ ਜੇ ਸੰਡੇ ਨੂੰ, ਮੈਂ ਕਦੀ ਦਾਰੂ ਨਹੀਂ ਪੀਤਾ। ਬਾਬੇ ਦਾ ਭਗਤ ਆ, ਬਾਬੇ ਵਾਲਕ ਦਾ ਭਗਤ ਆ, 50 ਸਾਲ ਤੋਂ ਮੈਂ ਕਦੀ ਦਾਰੂ ਨਹੀਂ ਪੀਤੀ। ਅੱਜ ਇੱਕ ਕੰਪਲੇਂਟ ਸਾਡੇ ਕੋਲ ਆਈ ਹੈ, ਲਖਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਪਾਸੀ ਪਧਰਾਣਾ ਵੱਲੋਂ, ਕਿ ਉਹਦਾ ਜਿਹੜਾ ਜੇਠ ਹੈਗਾ ਆ ਬਗੀਚਾ ਰਾਮ, ਉਹ ਉਹਨੂੰ ਸ਼ਰਾਬ ਪੀ ਕੇ ਅਤੇ ਗਾਲੀ ਗਲੋਚ ਕਰਦਾ ਅਤੇ ਲੜਾਈ ਝਗੜਾ ਉਹਦਾ ਕਰਦਾ, ਤੰਗ ਪਰੇਸ਼ਾਨ ਕਰਦਾ। ਅਤੇ ਜਿਹੜੀ ਇਹ ਕੰਪਲੇਂਟ ਹੈਗੀ ਹੈ, ਅਸੀਂ ਮੌਕੇ ਦੇ ਉੱਤੇ ਏਸੀ ਭੇਜਿਆ, ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਅਤੇ ਬੁਲਾ ਕੇ ਇਹਨਾਂ ਦੀ ਸੁਣਵਾਈ ਕੀਤੀ ਜਾਊਗੀ। ਅਗਰ ਕੋਈ ਇਹਨਾਂ ਦੀ ਫੈਮਿਲੀ ਮੈਟਰ ਹੋਣ ਕਰਕੇ ਕੋਈ ਇਹਨਾਂ ਦੇ ਆਪਸ ਦੇ ਵਿੱਚ ਸਮਝੌਤਾ ਹੋ ਜਾਂਦਾ, ਠੀਕ ਹੈ, ਨਹੀਂ ਤਾਂ ਜੋ ਦੀ ਕੰਪਲੇਂਟ ਆ ਉਹਦੇ ਮੁਤਾਬਕ ਉਹਦੀ ਜਿਹੜੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਊਗੀ।